ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਵਿੱਚ ਇੰਡੀਆ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਕਬੱਡੀ ਦਾ ਮੈਚ ਖੇਡਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵ ਦਲਾਰ ਸਿੰਘ ਢਿੱਲੋਂ, ਜ਼ਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਵੱਲੋਂ ਖਿਡਾਰੀਆਂ ਨੂੰ ਮਿਲ ਕੇ ਕਬੱਡੀ ਮੈਚ ਦੀ ਸ਼ੁਰੂਆਤ ਕੀਤੀ ਗਈ। ਇਸ ਮੈਚ ਵਿੱਚ ਭਾਰਤ ਦੀ ਕਬੱਡੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਟੀਮ ਨੂੰ ਹਰਾਇਆ ਅਤੇ ਦੂਜੇ ਮੈਚ ਵਿੱਚ ਕੈਨੇਡਾ ਵੱਲੋਂ ਅਮਰੀਕਾ ਦੀ ਟੀਮ ਨੂੰ ਹਰਾਇਆ ਗਿਆ। ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਗੁਰੂਆਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ, ਜਿੱਥੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸਾਡੇ ਜਗਤ ਗੁਰੂ ਸਨ, ਉਹਨਾਂ ਦਾ 550ਵਾਂ ਗੁਰਪੁਰਬ ਦੇ ਸਮਰਪਿਤ ਅੱਜ ਦਾ ਇੰਟਰਨੈਸ਼ਨਲ ਲੈਵਲ ਦਾ ਮੈਚ ਇੱਥੇ ਹੋ ਰਿਹਾ। ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਮੈਚ ਦੀ ਸਾਰਿਆਂ ਨੂੰ, ਖਾਸ ਕਰਕੇ ਜਿਹੜੀਆਂ ਸਾਡੀਆਂ ਟੀਮਾਂ ਬਾਹਰ ਦੇ ਮੁਲਕਾਂ 'ਚੋਂ ਆਈਆਂ ਨੇ, ਉਹਨੂੰ ਵੈਲਕਮ ਵੀ ਕਰਨਾ ਉਹਨਾਂ ਨੂੰ, ਔਰ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ। ਅੱਜ ਟੂਰਨਾਮੈਂਟ ਸਟਾਰਟ ਕੀਤਾ ਹੁਣੇ ਹੀ 2 ਮਿੰਟ ਪਹਿਲਾਂ, ਸੋ ਮੈਂ ਸਮਝਦਾ ਕਿ ਜਿਹੜਾ ਟੂਰਨਾਮੈਂਟ ਅੱਜ ਦਾ ਜਿਹੜਾ ਮੈਚ ਹੋ ਰਿਹਾ ਇੰਡੀਆ ਵਰਸਸ ਇੰਗਲੈਂਡ ਦੀ ਟੀਮ, ਸੋ ਦੋਵੇਂ ਟੀਮਾਂ ਜਿਹੜੀਆਂ ਨੇ, ਸਾਡੇ ਨੌਜਵਾਨ, ਸਾਡੇ ਬਹੁਤੇ ਖਿਡਾਰੀ ਜਿਹੜੇ ਨੇ, ਕਿਉਂਕਿ ਭਾਵੇਂ ਉਹ ਬਾਹਰ ਗਏ ਨੇ, ਸਾਡੇ ਉਹ ਪੰਜਾਬੀ ਸਾਡੇ ਨੌਜਵਾਨ ਉਹ ਵੀ ਸਾਡੇ ਨੇ, ਸੋ ਅੱਜ ਉਹ ਵੀ ਇੱਥੇ ਟੂਰਨਾਮੈਂਟ ਲਈ ਆਏ ਨੇ ਇੰਗਲੈਂਡ ਤੋਂ। ਸੋ ਇੰਡੀਆ ਵਰਸਸ ਇੰਗਲੈਂਡ ਜਿਹੜਾ ਮੈਚ ਚੱਲ ਰਿਹਾ, ਸੋ ਮੈਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ 550ਵਾਂ ਅਵਤਾਰ ਪੁਰਬ ਮਨਾਇਆ ਜਾ ਰਿਹਾ ਉਸ ਸ਼ੁਭ ਦਿਨ ਦੀ ਵੀ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ। ਸੋ ਮੈਂ ਸਮਝਦਾ ਕਬੱਡੀ ਦੀ ਜਿਹੜੀ ਗੇਮ ਹੈ ਇਹ ਵੈਸੇ ਤਾਂ ਸਾਰੇ ਹਿੰਦੁਸਤਾਨ 'ਚ ਹੀ, ਹਿੰਦੁਸਤਾਨ 'ਚੋਂ ਬਾਹਰ ਵੀ ਸਾਰੀਆਂ ਕੰਟਰੀਆਂ 'ਚ ਖੇਡੀ ਜਾਂਦੀ ਹੈ, ਪਰ ਸਭ ਤੋਂ ਜ਼ਿਆਦਾ ਜਿਹੜੀ ਹੈ ਇਹ ਸਾਡੇ ਨੌਰਥ ਇੰਡੀਆ 'ਚ ਖੇਡੀ ਜਾਂਦੀ ਹੈ, ਖਾਸ ਕਰਕੇ ਪੰਜਾਬ 'ਚ। ਪੰਜਾਬ ਦੇ ਵਿਰਸੇ ਨਾਲ ਇਹ ਜੁੜੀ ਜਿਹੜੀ ਕਬੱਡੀ ਦੀ ਗੇਮ ਆ, ਸੋ ਸਾਡੇ ਜਿਹੜੇ ਨੌਜਵਾਨ ਨੇ, ਸਾਡੇ ਖਿਡਾਰੀ ਨੇ, ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਵਰਲਡ ਲੈਵਲ 'ਤੇ ਜਿੰਨੇ ਵੀ ਟੂਰਨਾਮੈਂਟ, ਜਿੰਨੇ ਵੀ ਵਰਲਡ ਕੱਪ ਹੋਏ ਨੇ ਕਬੱਡੀ ਦੇ, ਉਹਦੀ ਜਿੱਤ ਜਿਹੜੀ ਆ ਸਾਡੇ ਇੰਡੀਆ ਦੀ ਹੋਈ ਆ ਜ਼ਿਆਦਾਤਰ। ਸੋ ਮੈਂ ਸਮਝਦਾ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਗੇਮਾਂ ਨੂੰ, ਖਾਸ ਕਰਕੇ ਕਬੱਡੀ। ਵੇਖੋ ਜਿਹੜਾ ਮੈਸੇਜ ਆ ਉਹਦੇ ਉਹਨਾਂ ਨੂੰ ਵੀ ਗਿਆ, ਸਾਰੀਆਂ ਟੀਮਾਂ ਨੂੰ ਗਿਆ, ਇਹ ਇੰਟਰਨੈਸ਼ਨਲ ਲੈਵਲ ਦੀ ਆ ਟੂਰਨਾਮੈਂਟ ਆ, ਸਾਰਿਆਂ ਨੂੰ ਮੈਸੇਜ ਗਿਆ ਹੈ, ਸਾਰਿਆਂ ਨੂੰ ਇਨਵਾਈਟ ਕੀਤਾ ਗਿਆ, ਪਰ ਪਤਾ ਨਹੀਂ ਕਿਉਂ ਆਏ ਨਹੀਂ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ। ਵੇਖੋ ਸੈਂਟਰ ਸਰਕਾਰ ਨੂੰ ਪਤਾ ਜੀ ਉਹਦੇ ਬਾਰੇ, ਪੰਜਾਬ ਸਰਕਾਰ ਨੂੰ ਕੋਈ ਇਹਦੇ ਬਾਰੇ ਨੌਲੇਜ ਨਹੀਂ, ਕਿਉਂ ਨਹੀਂ ਆਏ। ਮੈਂ ਤੇਜਿੰਦਰ ਸਿੰਘ ਮਿੱਡੂਖੜਾ, ਪੰਜਾਬ ਕਬੱਡੀ ਐਸੋਸੀਏਸ਼ਨ ਦਾ ਵਾਈਸ ਪ੍ਰੈਜੀਡੈਂਟ ਹੈ ਔਰ ਇਸ ਟੂਰਨਾਮੈਂਟ ਦਾ ਮੈਂ ਡਾਇਰੈਕਟਰ ਹਾਂ। ਅੱਜ ਜਿਹੜੇ ਅੱਜ ਇੱਥੇ 2 ਕਬੱਡੀ ਮੈਚ ਖੇਡੇ ਜਾਣੇ ਆ, ਜਿਹੜਾ ਪਹਿਲਾ ਮੈਚ ਹੈ ਉਹ ਇੰਡੀਆ ਦੀ ਟੀਮ ਨੇ ਇੰਗਲੈਂਡ ਦੇ ਨਾਲ ਖੇਡਣਾ ਔਰ ਦੂਜਾ ਮੈਚ ਹੈ ਜਿਹੜਾ ਉਹ USA ਦਾ ਕੈਨੇਡਾ ਦੀ ਟੀਮ ਨਾਲ ਹੋਣਾ। ਟੋਟਲ ਕਿੰਨੇ ਮੈਚ ਹੋਣੇ? ਟੋਟਲ ਅੱਜ 2 ਮੈਚ ਹੋਣੇ ਆ ਪੂਰੇ ਪੰਜਾਬ ਦੇ ਵਿੱਚ, ਪੂਰੇ ਪੰਜਾਬ 'ਚ। ਇਦੂ ਬਾਅਦ 3 ਮੈਚ ਗੁਰੂਰ ਸਾਹਿਬ ਹੋਣੇ ਆ, 2 ਮੈਚ ਬਠਿੰਡਾ ਹੋਣੇ ਆ, 2 ਮੈਚ 6 ਤਰੀਕ ਨੂੰ ਪਟਿਆਲੇ ਹੋਣੇ ਆ ਔਰ ਸੈਮੀਫਾਈਨਲ ਦੇ 2 ਮੈਚ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖੇਡੇ ਜਾਣੇ ਆ ਔਰ ਫਾਈਨਲ 2 ਮੈਚ ਜਿਹੜੇ ਮਤਲਬ ਜਿਹੜੇ ਪਹਿਲੇ ਅਤੇ ਦੂਜੇ ਦਰਜਾ, ਤੀਜੇ ਦਰਜੇ ਲਈ ਉਹ ਮੈਚ ਡੇਰਾ ਬਾਬਾ ਨਾਨਕ 2 ਮੈਚ ਹੋਣੇ। ਕਿਹੜੀ ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ ਇਹਦੇ 'ਚ? ਇੰਡੀਆ ਤੋਂ ਬਿਨਾਂ USA, ਕੈਨੇਡਾ, ਇੰਗਲੈਂਡ, ਸ਼੍ਰੀਲੰਕਾ, ਕੀਨੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਤੁਸੀਂ ਟੀਮ ਅੱਜ ਇੰਡੀਆ ਦੀ ਖੇਡੂਗੀ, ਤੁਸੀਂ ਦੇਖ ਲਿਓ ਵੀ ਟੀਮ ਕਿਹੋ ਜਿਹੀ ਹੈ,
ਉਹ ਪ੍ਰਤੱਖ ਨੂੰ ਪ੍ਰਨਾਮ ਦੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਹ ਤੁਹਾਡੇ ਸਾਹਮਣੇ ਆਉਣੀ ਹੈ ਕਿ ਕਿਹੋ ਜਿਹੀ ਟੀਮ ਹੈ ਇੰਡੀਆ ਦੀ। ਚੱਠਾ ਜਿਹੜਾ ਖਿਡਾਰੀ ਸੀ ਉਹਨੇ ਇਲਜ਼ਾਮ ਲਾਏ ਜੀ ਜਿਹੜੇ ਉਹ ਮਤਲਬ ਟਰਾਇਲ ਤੋਂ ਬਿਨਾਂ ਰੱਖ ਲਏ ਨੇ, ਉਹ ਟਰਾਇਲ ਦੇ ਵਿੱਚ ਪਾਸ ਹੋਇਆ ਸੀ। ਚੱਠੇ ਦਾ ਤਾਂ ਕੰਮ ਇਲਜ਼ਾਮ ਲਾਉਣਾ ਹੈ, ਜਿਹੜਾ ਫੇਲ ਬੰਦਾ ਹੁੰਦਾ ਉਹ ਇਲਜ਼ਾਮ ਹੀ ਲਾਉਂਦਾ ਰਹਿੰਦਾ। ਫਰਸਟ੍ਰੇਟਡ ਬੰਦਾ ਉਹਦੇ ਇਲਜ਼ਾਮਾਂ ਬਾਰੇ ਮੈਂ ਕੋਈ ਜਵਾਬ ਨਹੀਂ ਦੇਣਾ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੈ ਕਿ ਦੇਸ਼ ਦੀ ਟੀਮ ਚੁਣਦੇ ਹਾਂ, ਤੁਹਾਡੇ 'ਤੇ ਸਭ ਤੋਂ ਵੱਡਾ ਜੋ ਜ਼ਿੰਮੇਵਾਰੀ ਹੁੰਦੀ ਹੈ, ਜੋ ਦਾਇਤਵ ਹੁੰਦਾ ਹੈ, ਉਹ ਇਹ ਹੁੰਦਾ ਹੈ ਕਿ ਤੁਹਾਡੇ ਦੇਸ਼ ਦਾ ਨਾਮ ਕਿਸੇ ਤਰ੍ਹਾਂ ਤੁਹਾਡੇ ਕਰਕੇ ਨੀਵਾਂ ਨਾ ਰਹਿ ਜੇ। ਤੁਸੀਂ ਆਪਦੀ ਬੈਸਟ ਟੀਮ ਚੁਣਨੀ ਹੈ, ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਇਸ ਪਵਿੱਤਰ ਧਰਤੀ 'ਤੇ ਖੜ ਕੇ ਕਿ ਜਿਹੜੀ ਇੰਡੀਆ ਦੀ ਟੀਮ ਹੈ ਉਹ ਦੁਨੀਆ ਦੀ ਸਭ ਤੋਂ ਬਿਹਤਰੀਨ ਟੀਮ ਹੈ। ਫਿਰ ਇੰਡੀਆ ਦੇ ਪਲੇਅਰ ਕਿਉਂ ਇਲਜ਼ਾਮ ਲਾ ਰਹੇ ਜੀ ਇਸ ਤਰ੍ਹਾਂ ਦੇ? ਜਿਹੜਾ ਰਹਿ ਜਾਂਦਾ ਇਲਜ਼ਾਮ ਹੀ ਲਾਉਂਦਾ, ਜਿਹੜਾ ਹਾਰ ਜਾਂਦਾ ਇਲੈਕਸ਼ਨ ਪਟੀਸ਼ਨ ਨਹੀਂ ਪਾਉਂਦਾ। ਟਰਾਇਲ 'ਚੋਂ ਪਾਸ ਹੋ ਕੇ ਕੈਂਪ ਲੱਗਦੇ ਆ, ਕੈਂਪ ਦੇ ਵਿੱਚੋਂ ਪ੍ਰਬੰਧਕਾਂ ਨੇ ਦੇਖਣਾ ਹੁੰਦਾ ਕਿ ਕਿਹੜੀ ਟੀਮ ਸਭ ਤੋਂ ਅੱਛੀ ਟੀਮ ਹੈ। ਹਰਪ੍ਰੀਤ ਸਿੰਘ ਬਾਬਾ, ਇੰਡੀਆ ਟੀਮ ਦਾ ਸੀਨੀਅਰ ਕੋਚ ਹਰਪ੍ਰੀਤ ਸਿੰਘ ਬਾਬਾ। ਅੱਜ ਜਿਹੜੇ ਮੈਚ ਇੱਥੇ ਕਰਾਏ ਜਾ ਰਹੇ ਟੂਰਨਾਮੈਂਟ, ਅੱਜ ਜਿਹੜੇ ਮੈਚ ਕਰਾਏ ਜਾ ਰਹੇ ਇਹ ਪਹਿਲਾ ਮੈਚ ਹੋਣਾ ਜਿਹੜਾ ਇੰਡੀਆ ਵਰਸ ਇੰਗਲੈਂਡ, ਦੂਜਾ ਵਰਸ ਕਨੇਡਾ ਵਰਸ USA ਹੋਣਾ ਹੈ। ਇਹ ਪਹਿਲਾ ਮੈਚ ਦੇਖੋ ਤੁਸੀਂ, ਬਹੁਤ ਹੀ ਵਧੀਆ ਐਨ ਫਸਵਾਂ ਮੈਚ ਹੋਣਾ ਹੈ। ਦੋਨੇ ਟੀਮਾਂ ਬਹੁਤ ਵਧੀਆ, ਪਰਫਾਰਮੈਂਸ ਦੀ ਗੱਲ ਇੰਡੀਆ ਟੀਮ, ਹਾਂਜੀ ਇੰਡੀਆ ਟੀਮ ਬਹੁਤ ਵਧੀਆ ਸਾਡੀ, ਜਿਹੜੀ ਤੁਸੀਂ ਦੇਖ ਲਓ ਸੂਈ ਵੀ ਨਹੀਂ ਖੁੱਲੰਗਣੀ ਟੀਮ ਬੀਜਦੀ ਅੱਜ। ਹਾਂਜੀ ਸਾਰੀਆਂ ਟੀਮਾਂ ਕੁੱਲ 8 ਆਈਆਂ ਹੋਈਆਂ। ਹਾਂਜੀ ਹਾਂਜੀ ਤਕਰੀਬਨ ਪਰਮਾਤਮਾ ਮੂਹਰੇ ਅਰਦਾਸ ਕਰਦੇ ਕੱਪ ਜ਼ਰੂਰ ਜਿੱਤਾਂਗੇ।